ਅੱਜ ਦੇ ਦਿਨ ਪੂਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ। ਦਿੱਲੀ ਦੀਆਂ ਜੋ ਮੰਗਾਂ ਸੀ ਉਹਨਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਦੁਬਾਰਾ ਫਿਰ ਸੰਘਰਸ਼ ਕਰ ਰਹੇ ਨੇ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਭਾਰਤੀ ਕਿਸਾਨ ਜੀ ਉਹਨਾਂ ਨੇ ਏਕਤਾ ਉਗਰਾਹਾਂ ਦਾ ਜਿਹੜਾ ਵੱਡੀ ਵਿਸ਼ਾਲ ਟਰੈਕਟਰ ਮਾਰਚ ਆ ਉਹ ਨਿਕਲਿਆ ਅਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ। ਗੱਲਬਾਤ ਕਰਦੇ ਹਾਂ ਉਗਰਾਹਾਂ ਸਾਹਿਬ, ਕਿਸ ਤਰੀਕੇ ਨਾਲ ਦੇਖਦੇ ਹੋ ਟਰੈਕਟਰ ਦੁਬਾਰਾ ਫਿਰ ਕਿਸਾਨਾਂ ਦੇ ਚੱਲ ਪਏ, ਮੰਗਾਂ ਉਹੀ ਨੇ, ਕਿਸ ਤਰੀਕੇ ਨਾਲ ਪ੍ਰਦਰਸ਼ਨ ਚੱਲ ਰਿਹਾ ਜਿਹੜਾ ਹੈਗਾ? ਇਹ ਸੰਯੁਕਤ ਮੋਰਚੇ ਦਾ ਦਿੱਲੀ ਵਾਲੀਆਂ ਰਹਿੰਦੀਆਂ ਮੰਗਾਂ 'ਤੇ ਪ੍ਰੋਗਰਾਮ ਸਾਰੇ ਭਾਰਤ ਦੇ ਵਿੱਚ, SDM ਦਫ਼ਤਰ ਅਤੇ DC ਦਫ਼ਤਰਾਂ ਦੇ ਵਿੱਚ ਇਹ ਪ੍ਰੋਗਰਾਮ ਹੋ ਰਹੇ ਨੇ ਸਾਰੇ ਭਾਰਤ ਦੇ ਵਿੱਚ। ਲਗਭਗ 400-300 ਜਥੇਬੰਦੀ ਦੇ ਲਗਭਗ ਇਹਦੇ ਵਿੱਚ ਸ਼ਾਮਿਲ ਹੈ ਅਤੇ ਅਸੀਂ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ 19-20 ਜ਼ਿਲ੍ਹਿਆਂ ਦੇ ਵਿੱਚ ਸਾਡੀ ਜਥੇਬੰਦੀ ਅੱਜ ਪ੍ਰੋਗਰਾਮ ਹੋਈ ਹੈ। ਅੱਜ ਤੁਹਾਨੂੰ ਦੇਖ ਲਓ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਉਹ DC ਦਫ਼ਤਰ ਨੂੰ ਕੂਚ ਕਰ ਰਹੇ ਨੇ, ਇਹ ਜ਼ਿਲ੍ਹੇ ਸੰਗਰੂਰ ਦੇ ਧੂਰੀ ਬਲਾਕ ਦੇ ਪਹਿਲੇ ਟਰੈਕਟਰ। ਉਗਰਾਹਾਂ ਸਾਹਿਬ, ਗੱਲ ਕਰੀਏ ਦਿੱਲੀ ਜਿਹੜਾ ਮੋਰਚਾ ਸੀ, ਕਿੰਨਾ ਲੰਬਾ ਸਮਾਂ ਕਿਸਾਨਾਂ ਨੇ ਉੱਥੇ ਰਹਿ ਕੇ ਮੰਗਾਂ ਮਨਵਾਈਆਂ, ਕਿਤੇ ਨਾ ਕਿਤੇ ਐਲਾਨ ਕਰਤਾ ਸੀ ਪਰ ਜ਼ਮੀਨੀ ਪੱਧਰ ਦੇ ਉੱਪਰ ਮੰਗਾਂ ਪੂਰੀਆਂ ਨਹੀਂ ਹੋਈਆਂ, ਤਾਂ ਹੁਣ ਕਿਵੇਂ ਦੇਖਦੇ ਹੋ ਲੜਾਈ ਦੁਬਾਰਾ ਉਸੇ ਤਰੀਕੇ ਨਾਲ ਸ਼ੁਰੂ ਕਰਨੀ ਪੈਣੀ ਆ, ਉੱਦਾਂ ਦੇ ਹਾਲਾਤ ਦੁਬਾਰਾ ਬਣਨਗੇ? ਦੇਖੋ ਉਦੋਂ ਤੋਂ ਸ਼ੁਰੂ ਹੀ ਹੈ ਜਦੋਂ ਤੋਂ ਮੁਲਤਵੀ ਕੀਤਾ ਮੋਰਚਾ, ਉਹਨਾਂ ਨੇ ਜਿਹੜੀਆਂ ਮੰਗਾਂ ਲਿਖਤੀ ਤੌਰ 'ਤੇ ਦਿੱਤੀਆਂ ਸੀ, ਜਿਵੇਂ MSP ਦਾ ਗਰੰਟੀ ਕਾਨੂੰਨ ਬਣਾਉਣ ਦੀ, ਕੇਸਾਂ ਨੂੰ ਵਾਪਸ ਕਰਨ ਦੀ, ਲਿਖਮ ਪੁਰਗੂ ਜੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ, ਅਤੇ ਜਿਹੜੇ ਆ ਸ਼ਹੀਦ ਹੋਏ ਨੇ ਕੰਪਨਸੇਸ਼ਨ 'ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ, ਕਰਜ਼ਾ ਖਤਮ ਕਰਨ ਦੀਆਂ ਗੱਲਾਂ ਅਤੇ ਬੀਮਾ ਸਕੀਮ ਵਾਲੀ ਅਤੇ ਕਿਸਾਨਾਂ ਦੀ ਪੈਨਸ਼ਨ ਵਾਲੀਆਂ ਗੱਲਾਂ ਸਾਡੀਆਂ ਸਟੈਂਡ ਕਰ ਰਹੀਆਂ ਨੇ ਉਦੋਂ ਦੀਆਂ। ਉਦੋਂ ਤੋਂ ਲੈ ਕੇ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ। ਪਿੱਛੇ 26 ਨਵੰਬਰ ਨੂੰ ਅਸੀਂ ਬਹੁਤ ਵੱਡਾ ਐਕਸ਼ਨ ਕੀਤਾ ਹੋਇਆ ਸਾਰੇ ਆਲ ਇੰਡੀਆ ਦੇ ਵਿੱਚ, ਅਤੇ ਅੱਜ ਹੈ ਅਤੇ 16 ਫਰਵਰੀ ਨੂੰ ਫਿਰ ਕਰ ਰਹੇ ਹਾਂ। ਇਸ ਕਰਕੇ ਜਿਹੜੀਆਂ ਸੰਯੁਕਤ ਮੋਰਚੇ 'ਤੇ ਰਹਿ ਰਹੀਆਂ ਦਿੱਲੀ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਦੇ ਵਿੱਚ ਹਾਂ। ਆਹ ਉਹ ਜਿਹੜੀ ਕਾਲ ਹੈ ਇਹ ਉਹ ਸੰਘਰਸ਼ ਦਾ ਇੱਕ ਮਤਲਬ ਇੱਕ ਪੜਾਅ ਹੀ ਹੈ, ਉਹਦਾ ਮਤਲਬ ਇੱਕ ਐਕਸ਼ਨ ਪ੍ਰੋਗਰਾਮ ਹੈ ਜਿਹੜਾ ਅਸੀਂ ਅੱਜ ਮਾਰਚ ਕਰ। ਕਿਤੇ ਨਾ ਕਿਤੇ ਇੱਕ ਸਵਾਲ ਵੀ ਪੈਦਾ ਹੁੰਦਾ, ਕਹਿੰਦੇ ਕਿਸਾਨ ਜਿਵੇਂ ਪਹਿਲਾਂ ਪੂਰੇ ਇੱਕ ਮੰਚ ਦੇ ਉੱਪਰ ਇਕੱਠੇ ਹੋਏ ਸੀ, ਦਿੱਲੀ ਨੂੰ ਘੇਰਿਆ ਸੀ, ਉਹੀ ਤਰੀਕੇ ਦੇ ਨਾਲ ਦੁਬਾਰਾ ਫਿਰ ਜਿਹੜੇ ਕਿਸਾਨ ਇੱਕ ਮੰਚ ਦੇ ਉੱਪਰ ਇਕੱਠੇ ਹੋ ਸਕਦੇ ਨੇ? ਦੇਖੋ ਲੋੜਾਂ ਪੂਰੀਆਂ ਇਕੱਠੀਆਂ ਕਰਦੀਆਂ ਹੁੰਦੀਆਂ ਨੇ, ਬੰਦੇ ਕਿਤੇ ਇਕੱਠੇ ਹੁੰਦੇ ਆ, ਆਪਾਂ ਇੱਕ ਦੂਜੇ ਨੂੰ ਇਕੱਠੇ ਨਹੀਂ, ਆਪਾਂ ਨਹੀਂ ਜਾਣਦੇ ਸੀ। ਉਹ ਲੋੜਾਂ ਨੇ ਜਦੋਂ ਲੋੜਾਂ ਦੇ ਨਾਲ ਜਦੋਂ ਸਰਕਾਰ ਦੇ ਅਟੈਕ ਹੁੰਦੇ ਨੇ, ਲੋਕਾਂ ਦੇ ਚੁੱਲ੍ਹਿਆਂ ਨੂੰ ਛੇਕ ਆਉਂਦਾ, ਜਦੋਂ ਸਭ ਦੀ ਰੋਟੀ ਨੂੰ ਖਤਰਾ ਖੜਾ ਹੁੰਦਾ, ਉਦੋਂ ਸਾਰੇ ਲੋਕ ਫਿਰ ਇਕੱਠੇ ਹੁੰਦੇ ਨੇ ਵੀ ਯਾਰ ਤੈਨੂੰ ਵੀ ਇਹੀ ਗੱਲ ਹੈ, ਮੈਨੂੰ ਵੀ ਇਹੀ ਬਿਮਾਰੀ ਹੈ। ਉਹ ਸਾਰੇ ਆਪਾਂ ਇੱਕੋ ਬਿਮਾਰੀ ਦੇ ਮਰੀਜ਼ ਸਾਰੇ ਇਕੱਠੇ ਹੋਏ ਸੀ, ਸਾਰਾ ਆਲਮ ਜਿਹੜਾ ਇਕੱਠਾ ਹੋਇਆ ਸੀ ਦਿੱਲੀ ਮੋਰਚੇ ਦੇ ਵਿੱਚ, ਉਹ ਆਲਮ ਅੱਜ ਵੀ ਇਹ ਗੱਲ ਦੀ ਝਾਕ ਕਰਦਾ ਕਿ ਦਿੱਲੀ ਦੇ ਮੋਰਚੇ ਵਾਂਗੂ ਆਪਾਂ ਫਿਰ ਇਕੱਠੇ ਸਿਰ ਜੋੜ ਕੇ ਲੜੀਏ ਅਤੇ ਸੰਘਰਸ਼ ਕਰਕੇ ਦੁਨੀਆ ਦੇ ਆਰਥਿਕ ਸੰਕਟ ਦਾ ਸਾਹਮਣਾ ਕਰਨ ਵਾਸਤੇ ਉਹ ਕਾਰਪੋਰੇਟਾਂ ਨੂੰ ਚੈਲੇਂਜ ਕਰੀਏ ਜਿਨ੍ਹਾਂ ਨਾਲ ਆਪਾਂ ਪਹਿਲਾਂ ਦਿੱਲੀ ਮੋਰਚੇ 'ਤੇ ਮੱਥਾ ਲਾਇਆ। ਲੋਕ ਸਭਾ ਦੀਆਂ ਵੋਟਾਂ ਆਉਣ ਵਾਲੀਆਂ ਨੇ, ਲੱਗਦਾ ਕਿ ਹਾਂ ਦੁਬਾਰਾ ਉਸ ਤੋਂ ਪਹਿਲਾਂ ਜਾਂ ਉਸੇ ਤਰੀਕੇ ਦਾ ਸੰਘਰਸ਼ ਪੈਦਾ ਹੋ ਸਕਦਾ ਹੁਣ ਜਿਵੇਂ ਅੱਜ ਤੁਸੀਂ ਟਰੈਕਟਰ ਮਾਰਚ ਕਰ ਰਹੇ? ਗੱਲ ਇਕੱਲੀ ਨਹੀਂ ਵੀ ਲੋਕ ਸਭਾ ਦੀਆਂ ਵੋਟਾਂ ਤੱਕ ਹੀ ਕੋਈ ਆਵਾਜ਼ ਉਠਾਈ ਜਾ ਸਕਦੀ ਹੈ, ਆਵਾਜ਼ ਤਾਂ ਜਦੋਂ ਮਰਜ਼ੀ ਚੱਕ ਲਓ, ਲੋਕ ਤਾਂ ਉਹਦੀ ਤਿਆਰ ਨੇ ਲੜਨ ਵਾਸਤੇ ਤਿਆਰ ਨੇ। ਠੀਕ ਹੈ ਅੱਜ ਸੱਤਾ ਤਬਦੀਲੀ ਦੀ ਗੱਲ ਹੈ, ਕੋਈ ਕਰਜ਼ੇ ਕੌਣ ਸੱਤਾ 'ਚ ਆਉਂਦਾ ਕੌਣ ਨਹੀਂ ਆਉਂਦਾ, ਇਹਨਾਂ ਦਾ ਆਪਦਾ ਰਾਜ ਰੌਲਾ ਹੈਗਾ, ਅਸੀਂ ਇਹਦੇ ਤੋਂ ਇੱਕ ਪਾਸੇ ਹਾਂ। ਅਸੀਂ ਤਾਂ ਸਿਰਫ ਸੁਣਨਾ ਵੀ ਕੌਣ ਸੱਤਾ 'ਚ ਹੈ ਕੌਣ ਨਹੀਂ ਹੈ ਸੱਤਾ 'ਚ, ਇਸ ਗੱਲ ਦਾ ਸਾਨੂੰ ਸਵਾਲ ਨਹੀਂ। ਸਾਨੂੰ ਤਾਂ ਸਵਾਲ ਇਹ ਹੈ ਵੀ ਸਾਡਾ ਦੱਸੋ ਸਾਡੀ ਰੋਟੀ ਕਿੱਧਰ ਗਈ, ਸਾਡੇ ਬੱਚਿਆਂ ਦਾ ਰੁਜ਼ਗਾਰ ਕਿੱਧਰ ਗਿਆ, ਸਾਡੇ ਸਿਰ ਗਲ ਗਲ ਕਰਜ਼ਾ ਕਿਉਂ ਹੈ, ਸਾਡੇ ਲੋਕਾਂ ਨੂੰ ਹੱਥ ਸਾਰਾ ਦਿਨ ਕਮਾਈ ਕਰਨ ਤੋਂ ਬਾਅਦ ਪੂਰੀ ਉਜਰਤ ਕਿਉਂ ਨਹੀਂ ਮਿਲਦੀ? ਸਾਡਾ ਤਾਂ ਇਹ ਸਵਾਲ ਹੈ। ਤੁਸੀਂ ਗਰੀਬਾਂ ਲੋਕਾਂ ਨੂੰ ਕਹਿੰਦੇ ਹੋ ਅਸੀਂ ਫ੍ਰੀ ਆਟਾ ਦੇ ਦਾਂਗੇ, ਤੁਸੀਂ ਉਹਨਾਂ ਨੇ ਕਦੋਂ ਮੰਗਿਆ ਫ੍ਰੀ ਆਟਾ? ਤੁਸੀਂ ਹੱਥਾਂ ਨੂੰ ਕੰਮ ਦਿਓ, ਅਸੀਂ ਆਪਦਾ ਖਰੀਦ ਕੇ ਖਾਵਾਂਗੇ, ਅਸੀਂ ਮੰਗ ਕੇ ਖਾਣ ਵਾਲੇ ਲੋਕ ਨਹੀਂ, ਸਾਡਾ ਤਾਂ ਇਹ ਸਵਾਲ ਹੈ। ਤਾਂ ਹੁਣ ਸਿਰਫ ਆਖਰੀ ਸਵਾਲ ਆ, ਹੁਣ ਅਗਲੀ ਰਣਨੀਤੀ ਕੀ ਹੈ, ਕਿਉਂਕਿ ਅੱਜ ਦਾ ਜਿਹੜਾ ਤੁਹਾਡਾ ਟਰੈਕਟਰ ਮਾਰਚ ਆ ਸਾਰੇ ਇੱਕ ਮੰਚ ਦੇ ਉੱਪਰ ਇਕੱਠੇ ਹੋ, ਅਗਲਾ ਕੀ ਐਕਸ਼ਨ ਹੋ ਸਕਦਾ? ਦੇਖੋ ਅਗਲਾ ਐਕਸ਼ਨ ਅਸੀਂ ਜਨਵਰੀ ਦੇ ਫਰਵਰੀ ਦੇ ਪਹਿਲੇ ਹਫ਼ਤੇ ਮੀਟਿੰਗ ਲਵਾਂਗੇ ਸੰਯੁਕਤ ਮੋਰਚੇ ਦੀ, ਦਿੱਲੀ ਦੇ ਵਿੱਚ ਸੱਦਾਂਗੇ, ਉਹਦੇ 'ਚ ਇਹਦੀ ਲਵਾਂਗੇ ਪੜਤਾਲ ਕਰਾਂਗੇ ਵੀ ਮੋਰਚਾ ਤੁਹਾਡਾ ਕਿਹੋ ਜਿਹਾ ਰਿਹਾ, ਕਿਹੋ ਜਿਹਾ ਪ੍ਰਭਾਵ ਗਿਆ। ਅਗਲਾ ਐਕਸ਼ਨ ਪ੍ਰੋਗਰਾਮ ਫਿਰ ਲਿਖਿਆ ਜਾਊਗਾ, ਉਹ ਵੀ ਤੁਹਾਨੂੰ ਦੱਸਦੇ।
ਤਾਂ ਬਿਲਕੁਲ ਜੋਗਿੰਦਰ ਸਿੰਘ ਗੁਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ, ਇਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਸਾਡੇ ਵੱਲੋਂ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਜਿਹੜੀ ਹੈਗੀ ਆ ਕੇਂਦਰ ਦੇ ਖਿਲਾਫ਼ ਲੜਾਈ ਲੜੀ ਜਾ ਰਹੀ ਆ। ਉਹੀ ਮੰਗਾਂ ਨੇ ਜੋ ਦਿੱਲੀ ਦੇ ਵਿਖੇ ਸੀ। ਅਗਰ ਇਹ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਚਾਹੇ ਸੱਤਾਧਾਰੀ ਪਾਰਟੀ ਜਿਹੜੀ ਮਰਜ਼ੀ ਹੋਵੇ, ਚਾਹੇ 2024 ਦੇ ਵਿੱਚ BJP ਪਾਰਟੀ ਆਵੇ, ਚਾਹੇ ਕੋਈ ਹੋਰ ਪਾਰਟੀ ਆਵੇ, ਸਾਡੀਆਂ ਮੰਗਾਂ ਨੂੰ ਲੈ ਕੇ ਅਸੀਂ ਦੁਬਾਰਾ ਉਸੇ ਤਰੀਕੇ ਦਾ ਜਿਹੜਾ ਮਾਹੌਲ ਆ ਦਿੱਲੀ ਵਿਖੇ ਵੀ ਬਣਾ ਸਕਦੇ ਹਾਂ, ਜਾਂ ਕਿਸੇ ਵੀ ਹੋਰ ਤਰੀਕੇ ਨਾਲ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਅਸੀਂ ਦੁਬਾਰਾ ਆਪਣੀਆਂ ਉਹਨੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਿਸੇ ਵੀ ਸਮੇਂ ਉਲੀਕ ਸਕਦੇ ਹਾਂ। ਚਰਨਜੀਵ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।